ਫਰੀਦਕੋਟ ਚ ਪੁਲਿਸ ਵੱਲੋਂ ਚੁੱਕ ਕੇ ਕਥਿਤ ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰ ਨਾਲ ਧਰਨਾ ਦੇਣ ਪਹੁੰਚੇ ਸੀ। ਬੀਬੀ ਖਾਲੜਾ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਉਹ ਆਪਣੇ ਆਖਰੀ ਸਾਹ ਤੱਕ ਉਹਨਾਂ ਦੇ ਨਾਲ ਖੜੇ ਨੇ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਵਾ ਕੇ ਹੀ ਦਮ ਲੈਣਗੇ। ਮੈਂ ਜੀ ਉਹੀ ਮੰਨਦੀ ਹਾਂ ਵੀ ਇੱਕ ਕਲਚਰ ਹੈ ਪੁਲਿਸ ਦਾ, ਉਹਨੂੰ ਇਹ ਚੇਂਜ ਨਹੀਂ ਕਰਨਾ ਚਾਹੁੰਦੇ। ਜਦੋਂ ਦਾ 78 ਤੋਂ 95 ਤੱਕ ਮੈਨੂੰ ਲੱਗਦਾ ਵੀ ਇਹੋ ਹੀ ਕਲਚਰ ਇਹਨਾਂ ਦਾ ਬਣਿਆ ਹੋਇਆ ਅਤੇ ਅੱਜ ਵੀ ਉਹੋ ਹੀ ਪੁਲਿਸ ਅਫਸਰ ਕਈ ਵਾਰੀ ਹੁੰਦੇ ਆ, ਜਿਵੇਂ ਬਰਗਾੜੀ ਕਾਂਡ ਦੇ ਵਿੱਚ ਪਰਮਰਾਜ ਉਮਰਾ ਨੰਗਲ ਅਤੇ ਸਮੇਧ ਸੈਣੀ ਵਰਗੇ ਉਹੋ ਹੀ ਲੋਕ ਹੈ ਜਿਨ੍ਹਾਂ ਨੇ ਸਾਡੇ ਹਜ਼ਾਰਾਂ ਬੱਚੇ ਜਿਹੜੇ ਪੁੱਤ ਚੱਕ ਕੇ ਮਾਰੇ ਸੀਗੇ। ਬਰਗਾੜੀ ਕਾਂਡ ਦੇ ਵਿੱਚ ਵੀ ਭਾਵੇਂ ਉਹ ਲੁਧਿਆਣੇ ਤੋਂ ਆ ਕੇ ਇਹ ਕਾਰਨਾਮੇ ਕਰਦੇ ਆ, ਪਰ ਉਹਨਾਂ ਦੇ ਮੂੰਹ ਨੂੰ ਇੱਕ ਤਰ੍ਹਾਂ ਦਾ ਲਹੂ ਲੱਗਿਆ ਹੋਇਆ। ਅਤੇ ਅੱਜ ਵੀ ਜੇ ਪੁਲਿਸ ਜਿਹੜੀ ਹੈ ਉਸੇ ਕਲਚਰ ਦੇ ਵਿੱਚ ਕੰਮ ਕਰ ਰਹੀ ਹੈ, ਉਸੇ ਤਰ੍ਹਾਂ ਬੱਚੇ ਨੂੰ ਚੱਕਣਾ, ਉਸੇ ਤਰ੍ਹਾਂ ਉਹਨੂੰ ਤਸ਼ੱਦਦ ਕਰਕੇ ਮਾਰ ਦੇਣਾ ਅਤੇ ਫਿਰ ਲਾਸ਼ ਵੀ ਖੁਰਦ ਬੁਰਦ ਕਰ ਦੇਣੀ, ਇਹ ਮੈਨੂੰ ਲੱਗਦਾ ਹੈ ਪਿਛਲੀਆਂ ਘਟਨਾਵਾਂ ਜਿਹੜੀਆਂ ਲੋਕਾਂ ਨੂੰ ਹੁਣ ਚੇਤੇ ਆ ਰਹੀਆਂ, ਜਿਨ੍ਹਾਂ ਦੇ ਇਹਨਾਂ ਨੇ ਬੱਚੇ ਚੱਕ ਕੇ 13-13 ਸਾਲ ਦੇ 70-70 ਸਾਲ ਦੇ ਬਜ਼ੁਰਗ ਸਾਡੀਆਂ ਬੀਬੀਆਂ ਜਿਨ੍ਹਾਂ ਨੂੰ ਤਸ਼ੱਦਦ ਕਰਕੇ ਇਹਨਾਂ ਨੇ ਲਾਵਾਰਸ ਕਹਿ ਕੇ ਸਾੜਿਆ ਹੀ ਨਹੀਂ, ਦਰਿਆਵਾਂ ਵਿੱਚ ਵੀ ਰੋੜਿਆ। ਮੈਂ ਕਈ ਇਹੋ ਜਿਹੀਆਂ ਬੀਬੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਦੀਆਂ ਲਾਸ਼ਾਂ ਇਹਨਾਂ ਨੇ ਗੰਢੜੀਆਂ ਬੰਨ ਬੰਨ ਕੇ ਦਰਿਆਵਾਂ ਦੇ ਵਿੱਚ ਸੁੱਟਿਆ। ਕਿੱਦਾਂ ਇਨਸਾਫ ਮਿਲੇਗਾ ਜੇ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਿੱਦਾਂ ਪਬਲਿਕ ਨੂੰ? ਇਹ ਸਰਕਾਰਾਂ ਦੀ ਸਹਿਤ ਹੁੰਦਾ ਸਾਰਾ ਕੁਛ, ਪੁਲਿਸ ਐਵੇਂ ਇਹੋ ਜਿਹੀਆਂ ਕਾਰਨਾਮੇ ਨਹੀਂ ਕਰਦੀ। ਉਹਨਾਂ ਨੂੰ ਪਤਾ ਹੁੰਦਾ ਕਿ ਸਰਕਾਰਾਂ ਦਾ ਹੱਥ ਹੈ ਸਾਡੇ ਪਿੱਛੇ, ਸਰਕਾਰਾਂ ਸਾਡੇ ਸਿਰ 'ਤੇ ਖੜੀਆਂ, ਸਾਨੂੰ ਬਚਾ ਲੈਣਗੀਆਂ। ਹੁਣ ਵੇਖੋ ਤੁਸੀਂ, ਮੁਕੱਦਮੇ ਦਰਜ ਹੋਊਗਾ ਤਾਂ ਉਹਦੇ ਵਿੱਚ ਪੁਲਿਸ ਨੂੰ ਹੀ ਬਚਾਇਆ ਜਾਊਗਾ, ਉਹਦੇ ਵਿੱਚ ਕਿਸੇ ਗਰੀਬ ਨੂੰ, ਕਿਸੇ ਪੁਲਿਸ ਵਾਲੇ ਨੂੰ, ਥੱਲੇ ਵਾਲੇ ਕਿਸੇ ਲੈਵਲ ਦੇ ਬੰਦੇ ਨੂੰ ਜਿਹੜੇ ਇਹਨਾਂ ਦੇ ਪੁਰਜੇ ਆ ਉਹਨਾਂ ਨੂੰ ਤਾਂ ਫਸਾਇਆ ਜਾ ਸਕਦਾ, ਜਿਹੜਾ ਵੱਡਾ ਅਫਸਰ ਹੈ ਉਹਨੂੰ ਜ਼ਰੂਰ ਬਚਾਇਆ ਜਾਊਗਾ। ਇਹ ਕਲਚਰ ਹੈ ਪੁਲਿਸ ਦਾ। ਤੁਸੀਂ ਪਰਿਵਾਰ ਨੂੰ ਮਿਲਿਓ? ਹਾਂ, ਮੈਂ ਹੁਣ ਮਿਲ ਕੇ ਜਾਊਂਗੀ ਜੀ, ਮੈਂ ਮਿਲ ਕੇ ਜਾਊਂਗੀ। ਮੈਂ ਆਈ ਹਾਂ ਜਦੋਂ ਪਰਿਵਾਰ ਉੱਥੇ ਬੈਠਾ ਸੀਗਾ, ਅਤੇ ਮੈਂ ਹੁਣ ਜ਼ਰੂਰ ਮਿਲ ਕੇ ਜਾਊਂਗੀ। ਅਤੇ ਮੈਂ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾਂ। ਅੱਗੇ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਗੱਲ ਕੀਤੀ ਸੀ ਦੁਨੀਆ ਪੱਧਰ 'ਤੇ ਕੀਤੀ ਸੀ, ਔਰ ਉਹਨਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ ਇਸ ਗੱਲ 'ਚ। ਅਤੇ ਉਸ ਤੋਂ ਬਾਅਦ ਜਿਵੇਂ ਮੇਰੀ ਵੀ ਇੱਕ ਡਿਊਟੀ ਸੀਗੀ, ਮੈਂ ਵੀ 6 ਸਤੰਬਰ 1995 ਤੋਂ ਇੱਕ ਦਿਨ ਬਾਅਦ ਹੀ ਮੈਂ ਸੁਪਰੀਮ ਕੋਰਟ ਚਲੇ ਗਈ ਸੀ, ਅਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਲੋਕਾਂ ਦੇ ਹੱਕ ਵਿੱਚ ਜਿਹੜੇ ਇਸ ਤਰ੍ਹਾਂ ਦੇ ਈਵਨ ਮਨੁੱਖੀ ਅਧਿਕਾਰ ਜਿੱਥੇ ਵੀ ਵਾਇਲੇਸ਼ਨ ਹੁੰਦੀ ਆ ਮੈਂ ਉੱਥੇ ਹੀ ਖੜ੍ਹਦੀ ਹਾਂ ਜਾ ਕੇ। ਮੇਰਾ ਜਿਵੇਂ ਹੋਰ ਕੋਈ ਪਲੇਟਫਾਰਮ ਹੀ ਨਹੀਂ ਹੈਗਾ ਲਾਈਫ ਦਾ, ਅਤੇ ਸਾਰਾ ਕੁਛ। ਅਤੇ ਜੇ ਅੱਜ ਮੈਂ ਇਲੈਕਸ਼ਨ ਵੀ ਕੰਪੇਨ ਹੋਈ ਆ ਤਾਂ ਉਹ ਇਸੇ ਮਕਸਦ ਨਾਲ ਹੀ ਹੋਈ ਹੈ ਕਿ ਪੰਜਾਬ ਦੇ ਵਿੱਚ ਡਿਸਪੀਰੈਂਸ ਹੋਈ ਆ, ਉਹਦੀ ਕੌਨਸਪੀਰੇਟਰ ਕੌਣ ਹੈ, ਉਹ ਕਿਉਂ ਸਾਰਾ ਕੁਛ ਹੋਇਆ ਅਤੇ ਕਿਉਂ ਸਾਨੂੰ ਉਹਦਾ ਜਵਾਬ ਨਹੀਂ ਮਿਲ ਰਿਹਾ। ਉੱਧਰ ਸਮਾਜ ਸੇਵੀ ਲੱਖਾ ਸਿਧਾਣਾ ਨੇ ਵੀ ਇੱਕ ਵਾਰ ਫਿਰ ਤੋਂ ਜ਼ਿਲ੍ਹਾ SSP ਸਣੇ ਪੂਰੇ ਪੁਲਿਸ ਡਿਪਾਰਟਮੈਂਟ ਤੇ ਸਵਾਲ ਚੁੱਕੇ ਨੇ। ਲੱਖਾ ਸਿਧਾਣਾ ਨੇ ਖਸਾ ਜਿਤਾਇਆ ਕਿ ਨੌਜਵਾਨ ਜਸਪਾਲ ਸਿੰਘ ਦੇ ਕਥਿਤ ਕਤਲ ਅਤੇ ਉਸਦੀ ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਕੁਝ ਸਿਆਸਤਦਾਨਾਂ ਦਾ ਹੱਥ ਵੀ ਹੋ ਸਕਦਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਹਾਈ ਕੋਰਟ ਨੂੰ ਮਾਮਲੇ 'ਚ ਤੁਰੰਤ ਦਾਖਲ ਦੇਣ ਦੀ ਅਪੀਲ ਕੀਤੀ ਹੈ। ਬਹੁਤ ਵੱਡਾ ਇਹ ਇੱਕ ਮਨੁੱਖਤਾ ਦਾ ਘਾਣ ਹੈ, ਕਤਲੇਆਮ ਹੈ ਕਿ ਕਿਸ ਤਰ੍ਹਾਂ ਇੱਕ 22-23 ਸਾਲ ਦੇ ਨੌਜਵਾਨ ਨੂੰ ਪੁਲਿਸ ਜਿਹੜੀ ਚੱਕ ਕੇ ਉਹ ਰੱਤੀ ਰੋੜੀ ਪਿੰਡ ਦੇ ਨਾਨਕਿਆਂ ਤੋਂ ਲਿਆਉਂਦੀ ਹੈ, ਰਾਤ ਨੂੰ ਉਹਦੀ ਕੁੱਟਮਾਰ ਕਰਦੀ ਹੈ, ਕੁੱਟਮਾਰ ਨਾਲ ਮਰ ਜਾਂਦਾ, ਉਦੋਂ ਬਾਅਦ ਲਾਸ਼ ਖੁਰਦ ਬੁਰਦ ਕਰ ਦਿੱਤੀ ਜਾਂਦੀ ਹੈ, ਅਤੇ ਹਾਲੇ ਤੱਕ ਜਿਹੜੀ ਪੁਲਿਸ ਕਹਾਣੀਆਂ ਹੀ ਘੜੀ ਜਾਂਦੀ ਹੈ। ਇੱਕ ਕਹਾਣੀ ਇਹ ਦਰਸਾ ਰਹੀ ਹੈ ਕਿ ਉਹਦੀ ਜਿਹੜੀ ਉਹਨੇ ਖੁਦਕੁਸ਼ੀ ਕੀਤੀ ਹੈ। ਮੈਨੂੰ ਪਤਾ, ਮੈਂ CI ਦੀਆਂ ਹਵਾਲਾਤਾਂ 'ਚ ਰਹਿੰਦਾ ਰਿਹਾ ਕਿ ਕਿਸ ਤਰੀਕੇ CI ਦੀ ਜਿਹੜੀ ਹਵਾਲਾ ਜਾਂ ਥਾਣੇ ਦੀ ਹਵਾਲਾਤ ਹੁੰਦੀ ਹੈ ਉਹ 'ਚ ਕੋਈ ਪੱਖਾ ਨਹੀਂ ਹੁੰਦਾ, ਵਿੱਚ ਕੋਈ ਕੁੰਡੀ ਨਹੀਂ ਹੁੰਦੀ, ਕੋਈ ਕਿਸੇ ਪ੍ਰਕਾਰ ਦੀ ਸੁੱਚ ਨਹੀਂ ਲੱਗੀ ਹੁੰਦੀ, ਅੰਦਰ ਕੋਈ ਪਲੱਗ ਨਹੀਂ ਹੁੰਦਾ ਵੀ ਲਾਈਟ ਨਾ ਹੱਥ ਲਾ ਕੇ ਮਰਜੂ ਜਾਂ ਫਾਹ ਲੈ ਕੇ ਮਰਜੂ। ਹਰ ਹਵਾਲਾਤ ਦੇ ਵਿੱਚ ਇੱਕ ਕੈਮਰਾ ਹੁੰਦਾ, ਕੈਮਰੇ ਦੀ ਜਿਹੜੀ ਨਿਗਰਾਨੀ 24 ਘੰਟੇ ਜਿਹੜਾ ਅੰਦਰ ਬੰਦੀ ਹੁੰਦਾ ਉਹਦੇ ਰੱਖੀ ਜਾਂਦੀ ਹੈ, 2 ਮੁਲਾਜ਼ਮ ਜਿਹੜੇ ਸਪੈਸ਼ਲ 24 ਘੰਟੇ ਹਵਾਲਾਤ ਦੇ ਮੂਹਰੇ ਕੁਰਸੀ ਡਾ ਕੇ ਬੈਠੇ ਰਹਿੰਦੇ ਆ ਕਿ ਬੰਦਾ ਕੋਈ ਅੰਦਰ ਬੰਦੇ ਨੂੰ ਪਜਾਮਾ ਵੀ ਨਹੀਂ ਅੰਦਰ ਲੰਘਾਉਣ ਦਿੰਦੇ, ਪਜਾਮਾ ਵੀ ਲਾਹ ਕੇ ਅੰਦਰ ਭੇਜਦੇ ਆ, ਦੁਪੱਟਾ ਪਰਨਾ ਪੱਗ ਕੁਛ ਇਹ ਤਾਂ ਲੰਘਣੀ ਨਹੀਂ ਦਿੰਦੇ, ਫਾਹਾ ਬੰਦਾ ਲੈ ਕਦੇ ਨਾ ਸਕਦਾ। ਸੋ ਇਹ ਦੂਜੀ ਕਹਾਣੀ ਦੇ ਵਿੱਚ ਇਹਨਾਂ ਦਾ SP ਇਹ ਕਹਿ ਰਿਹਾ ਕਿ ਉਹ ਜਿਹੜਾ ਨਰਿੰਦਰ ਸਿੰਘ ਸੀਗਾ ਜਿਹੜਾ CI ਇੰਚਾਰਜ ਜਿਹੜਾ ਗੋਲੀ ਮਾਰ ਕੇ ਮਰ ਗਿਆ ਕਿ ਉਹਨੇ ਉਸ ਮੁੰਡੇ ਨੂੰ ਮਾਰਿਆ ਅਤੇ ਲਾਸ਼ ਖੁਰਦ ਬੁਰਦ ਕੀਤੀ ਹੈ। ਹੁਣ ਜੇ ਉਹਦੀ ਗੱਲ ਨੂੰ ਮੰਨਗੇ, ਉਹਨੇ ਮਰਨ ਇਕੱਲੇ ਤਾਂ ਮਾਰਿਆ ਨਹੀਂ, ਨਾਲ ਹੋਰ ਜਿਹੜੀ ਪੁਲਿਸ ਹੈ ਜਿਹੜੇ ਉਹਨੂੰ ਨਾਲ 4-5 ਮੁਲਾਜ਼ਮ ਹੋਰ ਫੜ ਕੇ ਲਿਆ, ਇਕੱਲੇ ਨੇ ਕੁੱਟਿਆ ਵੀ ਨਹੀਂ ਹੋਣਾ, ਕੁੱਟਿਆ ਵੀ ਦੂਜਿਆਂ ਨਾਲ ਦਿਆਂ ਨੇ ਹੋਣਾ, ਅਤੇ ਇਕੱਲੇ ਨੇ ਲਾਸ਼ ਨੂੰ ਵੀ ਕਿਤੇ ਨਹਿਰ ਦੇ ਵਿੱਚ ਜਾਂ ਆਪਾਂ ਸੋਚ ਲਈਏ ਕਿਤੇ ਕਿਸੇ ਉਹਨੇ ਮਤਲਬ ਕਿ ਦੱਬਤੀ ਜਾਂ ਨਹਿਰ 'ਚ ਰੋੜਤੀ, ਇਹ ਵੀ ਨਹੀਂ ਹੋ ਸਕਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਇੱਥੋਂ ਸਾਰੀ ਜਿਹੜੀ
तारा एक दूजे जुड़ रही हैं। SSP कह रहा कि दो दिन मेरी नरेंद्र सिंह सी इंचार्ज ने गल ही नहीं हुई, जदों के दो नहीं हो सकता कहते भी जे आप जो मनीए कि सी इंचार्ज की गल ना हो। वोटों का टाइम है, घंटे घंटे बाद सारी रिपोर्ट लेंदा जेडे अफसर होंगे है CI इंचार्ज तो भी की होया कि की वापर रहा है ना। सो अड्डो अड्ड कहानियां घड़िया जा रही, दो मुंडे फड़ ले, दो पुलिस वाले जिहड़े गनमैन वो फड़ ले, 306 का मुकदमा दर्ज कर दिता कि इन्होंने मजबूर करता मरन दे लई। जाने हुण इह इहनूं लगता कि जे इहदियां परतां खुलणगियां तां इहदे विच हो सकदा सियासी बंदे भी कोई शामिल होण, पुलिस दे वड्डे अफसर भी शामिल होण। हुण पुलिस सारी कहानी नूं दबण नूं फिरदी है भी साडा जिहड़ा नंगा चेहरा ना हो जाए कदे दुनिया दे सामणे कि किड्डी दरिंदगी जिहड़ी पुलिस ने की है, किस दरिंदियां दी तरह एक पुलिस ने नौजवान नूं चक के मार के उहदा परिवार बेचारा बिलक रहा यार, हाड़े कढ़दा। कल SSP नूं मिल के हाड़े कढ़दा रहे भी सानूं घट्टो घट्ट संस्कार करन नूं लाश ही दे दिओ, वह भी नहीं कह रहे, बहाना बना रहे, वो छड़ा के लै गया जी। छड़ा के तो पुछा भी छड़ा के कौन लग्या, कहिंदे साडे कोल कोई पहचान नहीं हैगी। सो इस तरह मैं यही कहना कि अज वड्डी गिणती दे विच लोग इकट्ठे होए ने, SSP दफ्तर दा घराओ कीता होया। इह संघर्ष जिहड़ा लंबा चल सकदा ते संघर्ष तिखा करन दी लोड़ है। लोकां नूं अपील करदे आ यार कि गल सहे दी नहीं गल पहे दी है, ऐं तां फिर कल नूं जिथों मर्जी कोई पुलिस वाला चक के जिहड़ा फड़ के किसी भी नौजवान नूं उत्थे मार देणगे तो कहानी होर पासे तोड़ दिया करनगे। सो लोड़ आ लोगों नूं इस तरह दीआं दरिंदगीआं दे खिलाफ़ इंसानियत तौर पर मनुखता के नाते सारे लोग इकट्ठे हो के, क्योंकि सानूं कोई उम्मीद नहीं हैगी पुलिस प्रशासन तो सियासी बंदियां दी सरकारां तो, इहदा लोक ही आ लोगों की लामबंदी, लोगों का एका जिहड़ा वो इंसाफ दवा सकदा। असीं जसपाल सिंह जलांडी जिहड़ा नौजवान सी जिहड़ा पंजाबी पिंड दा रहण वाला सीगा, रत्ती रोड़ी तो उन्हां नूं गैर कानूनी ढंग दे नाल जिहड़ा गिरफ्तार किया गया, CI स्टाफ दे विच लिआंदा गया, ना तो उहदी इनफॉर्मेशन उस पिंड दे सरपंच नूं जां ग्रंथी नूं दित्ती गई है, ना ही इनफॉर्मेशन उहदी किसी पंचायत जां पिंड नूं दित्ती गई कि जदों बंदा गिरफ़्तार करदा उहनां दे घरदिआं नूं वारसां नूं दसणा हुंदा। उस तों बाद ना तो मैडिकल कराया गया, इस करके ये जानबुझ के जिहड़ा होया कतल होया, तो इस करके कतल करके उदू बाद जे कतल हो गया उहनूं मार दिता गया, पर उहनूं फिर खुरद बुरद क्यों किया गया, ये पिछे कारण की है, यदि जांच होनी चाहिए असी भी, किहड़ा टैलीफोन आया, किने मुकबवित किने क्या असला दिता। इस करके सारे प्रशासन ते जिहड़ा रिस्पोंसिबल बंदे आ सारिआं दे परचा दर्ज होना चाहिए। तो दूसरे वो ते मैं ये कहना नैशनल ह्यूमन राइट्स कित्थे है, उहनूं भी एक्शन लेना चाहिए। दूसरे पासे अपना हाई कोर्ट है उहनूं सो मोट एक्शन लैके इन्हें उहदे ते कार्रवाई करनी चाहिए क्योंकि ये ड्यूटी है। तो इस दे उत्ते एक इत्थे एक जुडिशियल अपना कमिशन बनना चाहिए, उहदी जांच होनी चाहिए है। दूसरे पासे मैं जथेबंदियों नूं भी कहना श्रोमणी अकाली दल अमृतसर वल्लों कि इत्थे एक कमेटी एक्शन कमेटी बनाउणी चाहीदी है, वो जिहड़ी जांच आपदी देवे तां जो दुध दा दुध पानी दा पानी हो जाए। इस करके ये होया कतल है, ये कतल दा परचा दर्ज करके इहनूं इंसाफ दवाउणा चाहीदा। इस करके सानूं सारिआं नूं इस दायरे च रहना चाहीदा, इस दायरे च बाहर नहीं जाना चाहीदा क्योंकि इहनां दी नौजवान मुंडे दी मौत हुई है। तो इस करके पंजाब दे विच ना कोई लॉ एंड ऑर्डर है तो ना कोई पंजाब दे विच, इस करके ये कतल होया, ये कतल की कारवाई होई। दूजे पासे हुण पुलिस दे आला अधिकारी मामले च नवीं कहानी दस रहे ने। पुलिस अधिकारियों मुताबक उन्हां वल्लों इंस्पैक्टर नरेंद्र सिंह दे दो साथी मुलाजमान नूं गिरफ्तार कर लिया गया, जिन्हां दी निशानदेही ते पुलिस नौजवान जसपाल सिंह दी लाश लभण च लगी हुई है। इहदी जिहड़ी तुहानूं कल तक जिहड़ी वी जानकारी सी SSP साहब वल्लों तुहानूं प्रदान कर दित्ती गई सी, उस तों बाद असीं अगली इन्वेस्टिगेशन जिहड़े असीं चार अफसर उहदे विच शामिल आ ते उहदी पड़ताल दे विच असीं जो नवीं गल्लां सामने आईआं ने उहदे विच असीं इहनां दे नरेंद्र सिंह होणां दे जिहड़े दो मुलाजम सीगे सुखमंदर ते दर्शन उहनां दी जिहड़ी इनवॉल्वमेंट इहदे विच सामने आई, वो असीं दोवें बंदे उहनूं इस मुकदमे दे विच नामजद करके ते असीं उहनां नूं कल्ला गिरफ़्तार कर लिया रात दा, वह साडी हिरासत विच ने। ਇਹ ਇਨਫੋਰਮੇਸ਼ਨ ਮੈਂ ਵੀ ਤੁਹਾਨੂੰ ਆਪਣੇ ਵੱਲੋਂ ਜਿਹੜੀ ਆਪਣੇ ਡਿਪਾਰਟਮੈਂਟ ਵੱਲੋਂ ਤੁਹਾਨੂੰ ਪ੍ਰਦਾਨ ਕਰ ਰਿਹਾ, ਤੁਹਾਡੇ ਕੋਲੋਂ ਹੋ ਸਕਦਾ ਕੱਲ੍ਹ ਆਈ ਹੋਏਗੀ। ਅਗਲਾ ਅਪਡੇਟ ਜਿਹੜਾ ਇਹਦੇ ਵਿੱਚ ਇਹ ਆ ਕਿ ਅਸੀਂ ਆਪਣੀਆਂ ਪਾਰਟੀਜ਼ ਜਿਹੜੀਆਂ ਨੇ ਉਹ ਮੂਵ ਕੀਤੀਆਂ ਨੇ, ਉਹ ਇਸ ਵੇਲੇ ਮਿੱਟੂ ਖੇੜੇ ਤੱਕ ਸਾਰੀ ਜਿਹੜੀ ਨਹਿਰ ਆ ਇਹਦੇ ਉੱਤੇ ਅਸੀਂ ਤੈਨਾਤ ਕੀਤੀਆਂ ਨੇ, ਉੱਥੋਂ ਤੱਕ ਵੀ ਪਹੁੰਚੀਆਂ ਨੇ ਅਤੇ ਉਹ ਅਸੀਂ ਉੱਥੇ ਡੈੱਡ ਬੋਡੀ ਲੱਭਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਮੀਦ ਆ ਕਿ ਅਸੀਂ ਉਹਦੇ ਵਿੱਚ ਸਫਲ ਹੋ ਜਾਵਾਂਗੇ। ਸਰ ਇਹ ਕਲੀਅਰ ਹੈ ਕਿ ਜਿਹੜੀ ਡੈੱਡ ਬੋਡੀ ਹੈ ਨਹਿਰ 'ਚ ਹੀ ਡਿਸਪੋਜ਼ ਕੀਤੀ ਗਈ ਹੈ? ਹਾਂਜੀ, ਇਹਦੇ ਉੱਤੇ ਅਸੀਂ ਸਾਰਾ ਜਿੰਨਾ ਚਿਰ ਸਾਨੂੰ ਮਿਲ ਨਹੀਂ ਜਾਂਦੀ
निशानदेही ने जगह दसी होनी है किथे सिटी इनफॉरमेशन शेयर कर दो सर इन्होंने मचाकी मल सिंह जो हैड लागे जाके सारा कुछ किया उन्होंने तुम जी बेसिक पहला जो ये सारी गल रोशनी नहीं सी है जो जो हूँ सू सारे पता उदो जी सू दरखास्त दिखती गई सी आधार के उत्ते मुकदमा दर्ज किया गया तो वो उत्ते जे दोवें मुंडिया के ना से लेकिन जी हूँ ताज़ा तरीन जी गल आई है वो जो मैं तुम्हें पहला दसिया ये सारा कुछ हालांकि परिवार के दुख में शरीक होने कई जथेबंदियां समाज सेवी ਅਤੇ ਖੈਰਾ ਵਰਗੇ ਸਿਆਸਤਦਾਨ ਪਹੁੰਚੇ ਨੇ ਪਰ ਪਰਿਵਾਰਕ ਮੈਂਬਰ ਹੁਣ ਵੀ ਆਪਣੇ ਪੁੱਤਰ ਦੀ ਲਾਸ਼ ਵਾਪਸ ਦੇਣ ਦੀ ਦੁਹਾਈ ਲਗਾ ਰਹੇ ਨੇ ਜਿਸ ਦਿਨ ਇਹ ਕੰਮ ਸ਼ੁਰੂ ਹੋਇਆ ਉਹ ਮੁੰਡਾ ਆਪਦੇ ਨਾਨਕੇ ਆਇਆ ਹੋਇਆ ਸੰਗਰਾਉਰ ਉਹਨੂੰ ਦੋਵਾਂ ਮੁੰਡਿਆਂ ਨੇ ਫੋਨ ਕੀਤਾ ਢੁੱਡੀ ਵਾਲਿਆਂ ਨੇ ਹੁਣ ਮੁੰਡਿਆਂ ਦਾ ਨਾਂ ਤਾਂ ਮੈਂ ਨਹੀਂ ਜਾਣਦਾ ਵੈਸੇ ਉਹਨਾਂ ਕਿਹਾ ਵੀ ਤੂੰ ਇੱਥੇ ਕੀ ਮਚਾ ਰੱਤੀ ਰੋੜੀ ਵੀ ਗੁਰਦੁਆਰੇ ਆ ਜਾਓ ਉੱਥੋਂ ਰੱਤੀ ਰੋੜੀ ਵੀ ਜਿਹੜਾ ਮੁੰਡਾ ਕਿਸੇ ਦਾ ਵਿਹਲੀ ਸੀ ਮੁੰਡਾ ਰਾਤ ਨੂੰ ਉਹਨਾਂ ਨੇ ਸੱਦ ਕੇ ਰੱਤੀ ਰੋੜੀ ਗੁਰਦੁਆਰੇ ਹੀ ਸੱਦਿਆ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੀ ਮਿਲੀ ਭੁਗਤ ਸੀ ਪੁਲਿਸ ਵਾਲਿਆਂ ਨਾਲ ਕਿਸ ਤਰੀਕੇ ਸੀ 11 ਵਜੇ ਜਾ ਕੇ ਪੁਲਿਸ ਵਾਲਿਆਂ ਨੇ ਉੱਥੋਂ ਚੁੱਕਿਆ ਉਹਨੂੰ ਪੁਲਿਸ ਚੁੱਕ ਕੇ ਲੈ ਆਈ ਹੈ ਜਦੋਂ ਤੜਕੇ 6 ਵਜੇ ਸਾਨੂੰ ਫੋਨ ਕਿਹਾ ਉਹਨਾਂ ਮੁੰਡਿਆਂ ਦਾ ਹੀ ਵੀ ਮੁੰਡਾ ਤੁਹਾਡਾ ਜਿਹੜਾ ਪੁਲਿਸ ਚੁੱਕ ਲਈ ਪਤਾ ਨਹੀਂ ਕੀ ਗੱਲ ਆ ਜਦੋਂ ਇਹ ਆ ਕੇ ਪੁੱਛਿਆ ਪੁਲਿਸ ਵਾਲਿਆਂ ਨੂੰ ਨਰਿੰਦਰ ਸਿੰਘ ਨੂੰ ਹੀ ਵੀ ਸਾਡਾ ਮੁੰਡਾ ਵੀ ਤੂੰ ਚੱਕ ਕੇ ਲਿਆਉਂਦਾ ਵੀ ਕਿੱਥੇ ਆ ਉਹਨੇ ਉਸ ਵੇਲੇ ਇੱਕ ਨਾ ਕਿਹਾ ਮੈਂ ਬਹੁਤ ਗਲਤੀ ਕਰ ਬੈਠਾ ਮੈਂ ਮੁੰਡੇ ਦੇ ਹੂੰ ਜਿਹੜਾ ਮੁੰਡੇ ਆਏ ਨੇ ਦੋ ਇੱਕ ਜਣਾ ਆਇਆ ਨਿਹੰਗ ਸਿੰਘ ਉਹ ਲੈ ਗਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਉਹਨੂੰ ਦੇਣਾ ਨਹੀਂ ਸੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਜੇ ਉਹਨੂੰ ਦਿੱਤਾ ਉਹਦਾ ਕੀ ਪਰੂਫ ਲਿਆ ਕਿੱਥੋਂ ਦਾ ਹੈਗਾ ਕੌਣ ਆ ਕਹਿੰਦਾ ਵੀ ਕੋਈ ਚੀਜ਼ ਮੇਰੇ ਕੋਲ ਉਹਦੇ ਹੈ ਨਹੀਂ ਗਈ ਮੈਂ ਕੋਈ ਪਰੂਫ ਨਹੀਂ ਲਿਆ ਕੋਈ ਕੁਛ ਨਹੀਂ ਉੱਥੋਂ ਲਿਆ ਮੁੰਡਾ ਦੇਤਾ ਤੁਹਾਡਾ ਅਤੇ ਕੋਈ ਨਹੀਂ ਮੈਂ ਲੱਭਦਾ ਹਾਂ ਉਸ ਤੋਂ ਬਾਅਦ ਫਿਰ ਦੁਬਾਰਾ ਜਦੋਂ ਮਿਲੇ ਹਾਂ ਫਿਰ ਵੀ ਉਹਨੇ ਕਿਹਾ ਵੀ ਸਾਰੇ ਮੁਲਾਜ਼ਮ ਜਿਹੜੇ ਉਹ ਡਿਊਟੀਆਂ 'ਤੇ ਗਏ ਹੋਏ ਆ ਵੋਟਾਂ ਦਾ ਕੰਮ ਚੱਲਦਾ ਅਤੇ ਤੁਹਾਡਾ ਮੁੰਡਾ ਸ਼ਾਮ ਤੱਕ ਲੱਭ ਕੇ ਦੇ ਦਿੰਦੇ ਹਾਂ ਸ਼ਾਮ ਨੂੰ 6 ਵਜੇ ਉਹਨੇ ਆਪ ਨੂੰ ਗੋਲੀ ਮਾਰ ਕੇ ਹਾਂਜੀ ਆਪ ਆਤਮ ਹੱਤਿਆ ਕਰ ਗਿਆ ਉਸ ਤੋਂ ਬਾਅਦ ਫਿਰ ਦਿਹਾੜੀ ਤਾਂ ਪੁਲਿਸ ਨੇ ਕੋਈ ਗੱਲ ਨਾ ਸੁਣੀ ਨਾ ਕੀਤੀ ਨਾ ਹੋਈ ਆਉਂਦੇ ਰਹੇ ਕੁਛ ਨਹੀਂ ਹੋਇਆ ਅਸਲ ਤੁਹਾਡੇ ਬੇਟੇ ਨਾਲ ਹੋਇਆ ਕੀ ਅਸਲ ਤਾਂ ਇਹ ਹੀ ਹੈ ਵੀ ਨਰਿੰਦਰ ਸਿੰਘ ਲਿਆਇਆ ਚੁੱਕ ਕੇ ਉਹਨੇ ਮਾਰਿਆ ਤੇ ਡੈਡ ਬੋਡੀ ਦੇ ਦਿੱਤੀ ਤੁਹਾਨੂੰ ਕਿ ਨਹੀਂ ਹੋਈ ਡੈਡ ਬੋਡੀ ਤਾਂ ਦਿੱਤੀ ਨਹੀਂ ਦੇ ਦਿੰਦੇ ਫਿਰ ਤਾਂ ਰੌਲਾ ਹੀ ਅੱਧਾ ਮੁੱਕ ਜਾਂਦਾ ਹੁਣ ਅੱਜ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵੀ ਦੋ ਜਿਹੜੇ ਪੁਲਿਸ ਵਾਲੇ ਉਹਦੇ ਨਾਲ ਸੀ ਬਾਡੀਗਾਰਡ SHO ਦੇ ਵੀ ਉਹਨਾਂ ਦੇ ਪਰਚਾ ਕਰਤਾ ਅਤੇ ਤੁਹਾਡੀ ਡੈਡ ਬੋਡੀ ਜਿਹੜੀ ਉਹ ਨਹਿਰਾਂ 'ਚੋਂ ਲੱਭ ਕੇ ਦਿੰਦੇ ਆ ਨਹਿਰਾਂ ਹੀ ਸੁੱਟੀ ਹੈ ਕੋਈ ਵਜ੍ਹਾ ਰੰਜਿਸ਼ ਕੋਈ ਪਤਾ ਲੱਗੀ ਕੋਈ ਨਹੀਂ ਪਤਾ ਲੱਗਾ ਅਜੇ ਤੱਕ ਤੁਹਾਨੂੰ ਕੀ ਮੰਗ ਹੈ ਤੁਹਾਡੀ ਸਾਡੀ ਇਹ ਹੀ ਮੰਗ ਆ ਵੀ ਇੱਕ ਤਾਂ ਜਿਹੜੀ ਲਾਸ਼ ਆ ਉਹ ਸਾਨੂੰ ਮਿਲਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਆ ਪੁਲਿਸ ਕਰਮਚਾਰੀ ਉਹਨਾਂ ਦੇ ਪਰਚਾ ਹੋ ਕੇ ਉਹਦੀ ਨਕਲ ਸਾਨੂੰ ਮਿਲੇ ਫਿਰ ਸਾਨੂੰ ਤਸੱਲੀ ਹੋਊਗੀ ਵੀ ਹਾਂ ਵੀ ਇਹਨਾਂ ਦੇ ਪਰਚਾ ਹੋ ਗਿਆ ਜਿੰਨਾ ਚਿਰ ਜ਼ਬਾਨੀ ਕਹੀ ਵੀ ਜਾਣ ਵੀ ਅਸੀਂ ਪਰਚਾ ਦੇਤਾ ਕੀ ਪਤਾ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਦੀ ਕਰਨੀ ਹੈ ਕੀ ਹੋਣਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਪਾਲ ਸਿੰਘ ਜੀ ਮਾਮਲਾ ਜਿਵੇਂ ਜਿਵੇਂ ਖੁੱਲਦਾ ਜਾ ਰਿਹਾ ਹੈ ਉਹਨਾਂ ਹੀ ਪਲ ਪਲ ਉਲਝਦਾ ਵੀ ਜਾ ਰਿਹਾ ਹੈ ਕਦੇ CCTV ਗਾਇਬ ਹੋਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਦੇ CCTV ਫੁਟੇਜ ਮਿਲਣ ਦੀ ਕਦੇ ਨੌਜਵਾਨ ਦੀ ਲਾਸ਼ ਨਹਿਰ 'ਚ ਦੱਸੀ ਜਾਂਦੀ ਹੈ ਅਤੇ ਕਦੇ ਨੌਜਵਾਨ ਨੂੰ ਕਿਸੇ ਨਿਹੰਗ ਸਿੰਘ ਦੇ ਨਾਲ ਭੇਜਣ ਦੀ ਗੱਲ ਕੀਤੀ ਜਾਂਦੀ ਹੈ ਕਦੇ ਖੁਦਕੁਸ਼ੀ ਕਰ ਚੁੱਕੇ ਇੰਸਪੈਕਟਰ ਨਰਿੰਦਰ ਸਿੰਘ ਦੇ ਮੈਸੇਜਾਂ ਦੀ ਗੱਲ ਆਉਂਦੀ ਹੈ ਅਤੇ ਕਦੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਪਰ ਹਾਲੇ ਤੀਕਰ ਅਸਲ ਸੱਚਾਈ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕੀ ਫਰੀਦਕੋਟ ਤੋਂ ਜਗਤਾਰ ਦੋਸਾਂਝ ਪੰਜਾਬੀ ਲੋਕ ਚੈਨਲ